ਆਪਣਾ ਬੇਟਾ ਸੀ ਤੇ ਦੜਵਾ ਕੰਮ ਕਰਨ ਜਾਂਦੀ ਆਫ ਡਾਊਨ ਕਰਦਾ ਜਿਹੜੇ ਉਹ ਕੰਮ ਕਰਕੇ ਬੱਸ ਤੇ ਆ ਰਿਹਾ ਸੀ ਤੇ ਉੱਤਰ ਵੀ ਗਿਆ ਸੀ ਬੱਸ ਤੋਂ ਤੇ ਡਰਾਈਵਰ ਨੇ ਹਾਰਨ ਨਹੀਂ ਮਾਰੇ ਜੋ ਗਾਂ ਦੇ ਨੰਬਰ ਲੰਗਰ ਲੱਗਿਆ ਅੱਗੋਂ ਹਾਰਨ ਨਹੀਂ ਮਾਰਿਆ ਹਾਰਨ ਮਾਰ ਦਿੰਦਾ ਫਿਰ ਉਹ ਸੱਟ ਵੱਜ ਗਈ ਉਹ ਡਿੱਗ ਪਿਆ ਤੇ ਫਿਰ ਉਹਨੇ ਬੱਸ ਫਿਰ ਵੀ ਨਹੀਂ ਰੋਕੀ ਉੱਤੇ ਚੜਾ ਦਿੱਤੀ ਬੱਸ ਪਵਨ ਕੁਮਾਰ ਜੀ ਤੇ ਉਹ ਕੰਮ ਕਰਕੇ ਬੱਸ ਤੇ ਆ ਰਿਹਾ ਸੀ ਤੇ ਉਹ ਉੱਤਰ ਵੀ ਗਿਆ ਸੀ ਬੱਸ ਤੋਂ ਤੇ ਡਰਾਈਵਰ ਨੇ ਹਾਰਨ ਨਹੀਂ ਮਾਰੇ ਜੋ ਗਾਂ ਦੇ ਨੰਬਰ ਲੰਗਰ ਲੱਗਿਆ ਅੱਗੋਂ ਹਾਰਨ ਨਹੀਂ ਮਾਰਿਆ ਹਾਰਨ ਮਾਰ ਦਿੰਦਾ ਫਿਰ ਉਹ ਸੱਟ ਵੱਜ ਗਈ ਉਹ ਡਿੱਗ ਪਿਆ ਤੇ ਫਿਰ ਉਹਨੇ ਬੱਸ ਫਿਰ ਵੀ ਨਹੀਂ ਰੋਕੀ ਉੱਤੇ ਚੜਾ ਦਿੱਤੀ ਬੱਸ ਕਿੰਨੇ ਵਜੇ ਦੀ ਗੱਲ ਹੈ ਇਹ 8 ਤੇ 8:30 ਦੇ ਵਿਚਾਲੇ ਦੀ ਗੱਲ ਹੈ ਪਵਨ ਕੁਮਾਰ ਤੁਸੀਂ ਆਇਆ ਨੀ ਕਿਸੇ ਹੋਰ ਨੇ ਚੱਕਿਆ ਕਿਉਂਕਿ ਇਸ ਤਰ੍ਹਾਂ ਗੱਲ ਹੋ ਗਈ ਤੇ ਵੀ ਤੁਸੀਂ ਆ ਜਾਓ ਫਿਰ ਉਹ ਉੱਥੇ ਗਏ ਜੀ ਫਿਰ ਸਾਨੂੰ ਪਤਾ ਲੱਗ ਗਿਆ ਜੀ ਤੁਹਾਡੇ ਹਾਂਜੀ ਲਾਪਰਵਾਹੀ ਹੋਈ ਜੀ ਪਵਨ ਕੁਮਾਰ ਜੀ ਕਿੰਨੀ ਉਮਰ ਸੀ 23 ਸਾਲ ਜੀ ਸੋਫਿਆਂ ਦਾ ਕੰਮ ਕਰਦਾ ਇਸ ਪਾਸੇ ਵੱਜੇ ਸਾਰੀ ਜੀ ਤੁਹਾਨੂੰ ਪੂਰਾ ਡਾਊਟ ਹੈ ਹਾਂਜੀ 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 ਉੱਥੇ ਆਸ ਪਾਸ ਬਾਕੀ ਵੀਡੀਓ ਬਣਾਈ ਆਸ ਪਾਸ ਕੀ ਨਾਮ ਹੈ ਤੁਹਾਡਾ ਮੇਰਾ ਰਕੇਸ਼ ਕੁਮਾਰ ਬੰਟੀ ਹੈ ਜੀ ਤੇ ਆ ਜਿਹੜਾ ਮੁੰਡਾ ਆਪਣੇ ਗੁਰੂ ਰਵਿਦਾਸ ਨਗਰ ਦੇ ਵਿੱਚ ਰਹਿੰਦਾ ਤੇ ਗਿੱਦੜਵਾ ਕੰਮ ਕਰਦਾ ਸੀ ਜੀ ਤੇ ਰੋਜ਼ ਅਪ ਡਾਊਨ ਕਰਦਾ ਸੀ ਬੱਸ ਸਟੈਂਡ ਤੋਂ ਆਉਂਦਾ ਸੀ ਜਾਂਦਾ ਸੀ ਤੇ ਜਿਵੇਂ ਬੱਸ ਨਾ ਰੋਂਗ ਸਾਈਡ ਜਿਹੜੀ ਜਿੱਥੋਂ ਬੱਸਾਂ ਨਿਕਲਦੀਆਂ ਉੱਥੋਂ ਐਂਟਰੀ ਕੀਤੀ ਹੈ ਬੱਸ ਨੇ ਤੇ ਜਿਵੇਂ ਇਹਨਾਂ ਨੂੰ ਕਾਹਲੀ ਹੁੰਦੀ ਹੈ ਜਾਣ ਦੀ ਲਾਸਟ ਟਾਈਮ ਹੁੰਦਾ ਇਹਨਾਂ ਦਾ ਤੇ ਸਵਾਰੀ ਉਤਰੀ ਹੈ ਨਹੀਂ ਤੇ ਉਹਨਾਂ ਨੂੰ ਜਾਣ ਦੀ ਕਾਹਲੀ ਹੈ ਸਟੈਂਡ ਦੇ ਵਿੱਚ ਲਾਈਏ ਬੈਕ ਕਰਕੇ ਤੇ ਮੁੰਡੇ ਦੇ ਸੱਟ ਮਾਰ ਕੇ ਤੇ ਜਿਵੇਂ ਮੁੰਡਾ ਡਿੱਗਿਆ ਉਹਦੇ ਉੱਤੇ ਬੱਸ ਲੰਘਾਤੀ ਇਹਨਾਂ ਨੇ ਤੇ ਲੋਕਾਂ ਨੇ ਰੋਲਾ ਪਾਇਆ ਜਿਵੇਂ ਰੋਲਾ ਪਾਇਆ ਫਿਰ ਉਹਨੇ ਬੱਸ ਵਾਲਿਆਂ ਨੇ ਬੱਸ ਦੇਖੀ ਤੇ ਉੱਥੋਂ ਮੌਕੇ ਤੇ ਫਰਾਰ ਹੋ ਗਿਆ ਤੇ ਫਰਾਰ ਹੋਣ ਤੋਂ ਬਾਅਦ ਜਿਵੇਂ ਪੁਲਿਸ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਇਹਨੂੰ ਕਿਤੋਂ ਫੜਿਆ ਜੀ ਫਿਰ ਇਹਨੂੰ ਥਾਣੇ ਦੇ ਵਿੱਚ ਲੈ ਕੇ ਆਈ ਠੀਕ ਹੈ ਤੇ ਹੁਣ ਮਤਲਬ ਇਹਦੇ ਤੁਸੀਂ ਕੀ ਡਿਮਾਂਡ ਕਰਦੇ ਹੋ ਪੁਲਿਸ ਆਈ ਸੀ ਮੌਕੇ ਤੇ ਬਿਆਨ ਤੁਸੀਂ ਦਿੱਤੇ ਆ ਹਾਂਜੀ ਹਾਂਜੀ ਪੁਲਿਸ ਆਈ ਹੈ ਮੌਕੇ ਤੇ ਉਹਨਾਂ FIR ਵੀ ਹੋ ਗਈ ਰਾਤ ਨੂੰ ਤੇ ਹੁਣ ਪੋਸਟਮਾਰਟਮ ਕਰ ਰਹੇ ਪੁਲਿਸ ਨੇ ਪੂਰਾ ਸਹਿਯੋਗ ਕੀਤਾ ਸਾਡੇ ਤੁਸੀਂ ਕੀ ਡਿਮਾਂਡ ਕਰਦੇ ਹੋ ਪ੍ਰਸ਼ਾਸਨ ਤੋਂ ਪੁਲਿਸ ਤੋਂ ਪੁਲਿਸ ਨੇ ਤਾਂ ਆਪਦੀ FIR ਕੀਤੀ ਸਾਨੂੰ ਇਨਸਾਫ ਮਿਲ ਜਾਣਾ ਚਾਹੀਦਾ ਪਰਿਵਾਰ ਨੂੰ ਤੇ ਡਿਮਾਂਡ ਕਰਦੇ ਹਾਂ ਸਰਕਾਰ ਨੂੰ ਚਲੋ ਗਰੀਬ ਪਰਿਵਾਰ ਹੈ ਕੁਝ ਇਹਨਾਂ ਦੀ ਮਦਦ ਕਰ ਦੇਵੇ ਸਰਕਾਰ ਤੇ ਬਹੁਤ ਬਹੁਤ ਧੰਨਵਾਦ ਹੋਣਗੇ ਜੀ ਇਹ ਜੀ ਮੇਰਾ ਭਤੀਜਾ ਸੀਗਾ ਪਵਨ ਕੁਮਾਰ ਇਹ ਗਿੱਦੜਵਾ ਜਾਂਦਾ ਸੀ ਕੰਮ ਕਰਨ ਵਾਸਤੇ ਸੋਫਿਆਂ ਦਾ ਕੰਮ ਕਰਦਾ ਸੀ ਰਾਤੀ ਤਕਰੀਬਨ 8:30 ਇਹ ਬੱਸ ਅੱਡੇ ਆਈ ਆਪਣੇ ਇਹ ਬੱਸ ਤੋਂ ਉਤਰਿਆ ਜਦੋਂ ਬੱਸ ਤੋਂ ਉਤਰਿਆ ਨਾਲ ਦੇ ਨਾਲ ਹੀ ਬੱਸ ਵਾਲਿਆਂ ਨੇ ਬੱਸ ਤੋੜ ਲਈ ਕਿਉਂਕਿ ਰੋਂਗ ਸਾਈਡ ਵਾਲੀ ਸੀ ਨਾਲ ਉਹਨੇ ਸਾਈਡ ਗਲਤ ਸਾਈਡ ਕੱਟ ਲਈ ਤੇ ਇਸ ਕਰਕੇ ਉਹ ਬੱਸ ਥੱਲੇ ਆ ਗਿਆ ਟਾਇਰ ਉਹਦਾ ਉੱਤੋਂ ਚੜ ਗਿਆ ਤੇ ਹਸਪੀਟਲ ਲਿਆਇਆ ਗਿਆ ਤੇ ਡਾਕਟਰ ਨੇ ਉਹਨੂੰ ਮ੍ਰਿਤ ਘੋਸ਼ਿਤ ਕਰਤਾ ਲੋਕਾਂ ਨੇ ਦੱਸਿਆ ਜੀ ਕੁਛ ਵੀਡੀਓ ਫੋਟੋ ਵੀ ਉਹਨਾਂ ਨੇ ਲੋਕਾਂ ਨੇ ਖਿੱਚੀ ਉਹ ਮੇਰੇ ਕੋਲ ਹੈਗੀਆਂ ਜੀ ਤੇ ਇਹ ਕੁੱਲ ਮਿਲਾ ਕੇ ਅਸੀਂ ਸਾਰੀ ਡਿਟੇਲ ਕੱਢੀ ਜੀ ਉਹਦੀ ਗਲਤੀ ਨਾਲ ਹੀ ਹੋਇਆ ਸਾਰਾ ਕੁਛ ਡਰਾਈਵਰ ਦੀ
ਤੇ ਅਸੀਂ ਹੁਣ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਕਾਨੂੰਨੀ ਕਾਰਵਾਈ ਹੋਵੇ ਤੇ ਸਰਕਾਰ ਤੋਂ ਵੀ ਅਸੀਂ ਡਿਮਾਂਡ ਕਰਦੇ ਹਾਂ ਵੀ ਗਰੀਬ ਪਰਿਵਾਰ ਹੈ, ਕਿਰਾਏ ਤੇ ਰਹਿੰਦੇ ਜੀ ਤੇ ਇਹਨਾਂ ਦੀ ਆਰਥਿਕ ਮਦਦ।